ਜਿਹੜਾ ਆਹ ਅੱਛਾ ਵੱਡੇ ਡੇਰੇ ਜਾਂਦਾ ਵੱਡੇ ਡੇਰੇ ਉੱਥੇ ਜਾਂਦਾ ਉੱਥੇ ਸੇਵਾ ਵੀ ਕਰਦਾ ਹੁੰਦਾ ਮਿਲ ਤੇ ਕਿ ਨਹੀਂ ਮਿਲ ਤੇ ਸੇਵਾ ਕਰਦਾ ਆ ਉੱਥੇ ਸੇਵਾ ਕਰਦਾ ਹੁੰਦਾ ਫਿਰ ਉੱਥੇ ਵੀ ਜਾਂਦਾ ਫਿਰ ਜਾਂਦਾ ਆਪਣੇ ਝੰਡੀ ਪੀਰ ਤੇ ਆਪਣੇ ਨਹੀਂ ਉਹ ਜਿਹੜੇ ਡੇਰੇ ਦੀ ਗੱਲ ਕਰਦਾ ਆ ਗੱਲ ਤਾਂ ਸੁਣੋ ਭਾਈ ਮੈਂ ਤਾਂ ਹੁਣ ਇੱਥੇ ਬੈਠਾ ਮੈਨੂੰ ਕੀ ਪਤਾ ਨਹੀਂ ਕੀ ਕਰ ਰਿਹਾ ਮੈਂ ਵੀ ਬੰਦਾ ਯਾਰ ਨਹੀਂ ਨਹੀਂ ਮੈਂ ਉਹ ਨਹੀਂ ਚਲੋ ਠੀਕ ਆ ਅੱਛਾ ਨੰਬਰ 1 ਤੇ ਫਿਰ ਜਾਂਦਾ ਝੰਡੀ ਪੀਰ ਉਹਨੇ ਮੈਂ ਇਹ ਨਹੀਂ ਕਿਹਾ ਮੈਂ ਬਾਬੇ ਮਰਾਸ਼ਾ ਕੀ ਹੋ ਜਾ ਸੇਵਾ ਕੀ ਕਰਦਾ ਦੱਸਦਾ ਹੀ ਹੋਗਾ ਘਟਾ ਮੁੰਡਾ ਵੀ ਸੇਵਾ ਭਾਜੀ ਤੂੰ ਪੁੱਛ ਹੀ ਨਾ ਜਿੰਨੀ ਉਹ ਸੇਵਾਦਾਰ ਨਹੀਂ ਨਹੀਂ ਫੇਰ ਵੀ ਸੇਵਾ ਕੀ ਕਰਦਾ ਸਿਆਣੇ ਨੇ ਵੀ ਦੱਸਿਆ ਸੀ ਗੱਲ ਤਾਂ ਸੁਣ ਮੇਰੀ ਹਾਂ ਵੀ ਜਿੱਦਾਂ ਉਹ ਨਾ ਰੱਬ ਦਾ ਜਿੱਦਾਂ ਤੇ ਬਹੁਤ ਜ਼ਿਆਦਾ ਸੀ ਤੇ ਜਿਹੜੀ ਸੀਗੀ ਸਿੱਧੀ ਸੀਗੀ ਬਾਬਿਆਂ ਨੂੰ ਤੇ ਉਹਨੂੰ ਉਹਨੇ ਨਾ ਜਾਣੀ ਕਿ ਬਾਬਿਆਂ ਨੇ ਵੀ ਕਿਹਾ ਸਿਆਣਿਆਂ ਨੇ ਵੀ ਇਹ ਸੇਵਾ ਕਰੂਗਾ ਜੇ ਕੁਛ ਵੀ ਕਰੂਗਾ ਮੈਂ ਕਿਹਾ ਸਿਆਣੇ ਬਹੁਤ ਕੁਛ ਕਹਿੰਦੇ ਆ ਬਸ ਸ੍ਰੀ ਹਰਕ੍ਰਿਸ਼ਨ ਤੇ ਸਿੱਖ ਆ ਦੇਖੀ ਫੋਟੋ ਉੱਤੇ ਪਈ ਆ ਮੈਨੂੰ ਕਹਿੰਦਾ ਸੀ ਪਤਾ ਪੰਮਾ ਕੀ ਕਹਿੰਦਾ ਕਹਿੰਦਾ ਤੂੰ ਤੂੰ ਕੀ ਦੇਖ ਲਿਆ ਤਾਂ ਸਾਈ ਉਹਨਾਂ ਚ ਤੇ ਮੈਂ ਕਿਹਾ ਤੂੰ ਇੱਥੇ ਇੰਗਲੈਂਡ ਚ ਬੈਠਾ ਰੇੜੀਆਂ ਕਾ ਤੂੰ ਉੱਥੇ ਚੜਾਉਣਾ ਤੂੰ ਦੇਖਿਆ ਤਾਂ ਕੁਛ ਚੜਾਉਣਾ ਪੰਮੀ ਨਾਲ ਇਹ ਗੱਲ ਹੋਈ ਸੀ ਮੇਰੀ ਮੈਂ ਕਿਹਾ ਤੂੰ ਦੇਖਿਆ ਤਾਂ ਕੁਛ ਚੜਾਉਣਾ ਉੱਥੇ ਕਹਿੰਦਾ ਮੇਰੇ ਸੋਨੇ ਚ ਆਇਆ ਮੈਂ ਕਿਹਾ ਚਲੋ ਠੀਕ ਆ ਬਾਈ ਬਾਈ ਆਪਣੇ ਉੱਥੇ ਡੇਰੇ ਚ ਆ ਗਏ ਤੁਸੀਂ ਪਾਪਰਾ ਚ ਉਹ ਮੁੰਡੇ ਨੂੰ ਕਹਿ ਵੀ ਦੇ ਮਾਲੜੀ ਵਾਲੇ ਇੰਦਰਜੀਤ ਦਾ ਨਾਂ ਲੈਂਦੀ ਬਲੈਰੋ ਵਾਲਾ ਹੈਂ ਮੇਰੇ ਤੋਂ ਬਲੈਰੋ ਆ ਸਾਡੀ ਡੇਰੇ ਚ ਜਿੱਦਾਂ ਕਿ ਸਾਰੇ ਜਾਣ ਪਛਾਣ ਆ ਸਾਡੀ ਤੂੰ ਏਦਾਂ ਕਰੀ ਸਵੇਰ ਨੂੰ ਤੁਰ ਜਾਂਦੇ ਆਪਾਂ ਗੱਲ ਕਰਾਂਗੇ ਗੱਲ ਕਰਦੇ ਸਵੇਰੇ ਮੇਲਾ ਲੱਗਦਾ ਹੈ ਬਾਈ ਬਿਨਾ ਆਈਡੈਂਟੀ ਕਾਰਡ ਤੋਂ ਉੱਥੇ ਸੇਵਾ ਨਹੀਂ ਲੱਗਦੀ ਕਿਸੇ ਬੰਦੇ ਦੀ ਠੀਕ ਹੈ ਕਹਿੰਦਾ ਡੈਡੀ ਹੋ ਗਿਆ ਕਿਉਂਕਿ ਮੈਂ ਕਹਿੰਦਾ ਕੁਛ ਨਹੀਂ ਲੈਣ ਜਾਂਦਾ ਕਹਿੰਦਾ ਮੈਂ ਕੀ ਲੈਣ ਜਾਂਦਾ।